ਕਿਉਂ ਸਮੇ ਸਮੇ ਤੇ ਸਾਨੂੰ ਰੋਜ਼ ਮਾਰਚ ਕਰਨੇ ਪੈਂਦੇ ਨੇ ਸਾਨੂੰ ਬੰਦੀ ਸਿੰਘਾਂ ਵਾਸਤੇ ਮੰਗ ਕਰਨੀ ਪੈਂਦੀ ਆ ਆਰਐਸਐਸ ਕਾਂਗਰਸ ਜਮਾਤ ਭਾਜਪੀ ਬਾਦਲ ਐਂਡ ਕੰਪਨੀ ਇਹ ਸਾਰੇ ਦੇ ਸਾਰੇ ਇਕੱਠੇ ਰਲ ਕੇ ਚੱਲ ਰਹੇ ਆ ਤੇ ਸਾਡੇ ਜਿਹੜੇ ਨੇ ਉਹ ਖਿੰਡੇ ਹੋਏ ਨੇ ਸਾਨੂੰ ਸਭ ਤੋਂ ਜੇ ਅੱਜ ਵੱਧ ਖਤਰਾ ਹੈ ਤੇ ਬੁੱਕਲ ਦੇ ਸੱਪਾਂ ਤੋਂ ਅਜਗਤਾਰ ਸਿੰਘ ਅਵਾਰਾ ਇਹਨਾਂ ਵਾਸਤੇ ਅੱਤਵਾਦੀ, ਸੰਜੇ ਮਹਿਰ ਸਿੰਘ ਇਹਨਾਂ ਵਾਸਤੇ ਅੱਤਵਾਦੀ, ਬਲਦੇਵ ਸਿੰਘ ਸਰਸਾ ਇਹਨਾਂ ਵਾਸਤੇ ਅੱਤਵਾਦੀ, ਜੋ ਵੀ ਸੱਚ ਦੀ ਆਵਾਜ਼ ਠਾਈਗਾ ਉਹ ਇਹਨਾਂ ਵਾਸਤੇ ਅੱਤਵਾਦੀ ਹੈ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਸ ਗੈਦੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਹਾਜ਼ਰ ਆ ਪ੍ਰੋਗਰਾਮ ਪੱਖ ਦੇ ਮੁੱਦੇ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਅਸੀਂ ਸਮੇਂ-ਸਮੇਂ ਤੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਆ ਪਰ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਆ ਸਾਡੇ ਬਹੁਤ ਹੀ ਸਤਿਕਾਰਯੋਗ ਬਲਦੇਵ ਸਿੰਘ ਸਿਰਸਾ ਜੀ ਜਿਨ੍ਹਾਂ ਦਾ ਅਸੀਂ ਹੁਣ ਸਵਾਗਤ ਕਰਦੇ ਆ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਬੱਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਵਾਹਿਗ ਦਰਸ਼ਕੋ ਅੱਜ ਅਸੀਂ ਬਲਦੇਵ ਸਿੰਘ ਸਿਸਰਾਂ ਜੀ ਨਾਲ ਗੱਲਬਾਤ ਕਰਾਂਗੇ ਕਿ ਸਮੇਂ-ਸਮੇਂ ਤੇ ਅਸੀਂ ਗੱਲ ਕਰੀਏ ਕਿ ਸਾਡੇ ਸਿੱਖ ਕੌਮ ਤੇ ਤਸ਼ੱਦਦ ਹੁੰਦੇ ਆ ਰਹੇ ਨੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਕਿ ਬਰਗਾੜੀ ਦਾ ਮੋਰਚਾ ਲੱਗਿਆ 6 ਮਹੀਨੇ ਬਰਗਾੜੀ ਦਾ ਮੋਰਚਾ ਲੱਗਿਆ ਪਰ ਉੱਥੇ ਤਿੰਨ ਮੰਗਾਂ ਰੱਖੀਆਂ ਗਈਆਂ ਸੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣਾ ਤਿੰਨ ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਂਦੀ ਵੀ ਉਹ ਬੰਦੀ ਸਿੰਘ ਜਿਹੜੇ ਜੇਲ੍ਹਾਂ ਵਿੱਚ 20 25 25 ਸਾਲ ਜੇਲ੍ਹ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਸੀ ਤੇ ਨਾਲ ਹੀ ਬੇਵਲ ਕਲਾ ਗੋਲੀ ਕਾਂਦੇ ਦੋ ਸਿੰਘਾਂ ਦੀ ਜਿੱਥੇ ਸ਼ਹੀਦ ਹੋਏ ਸੀ ਉਹਨਾਂ ਦੀ ਇਨਸਾਫ ਦੀ ਮੰਗ ਕੀਤੀ ਗਈ ਸੀ ਪਰ ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ ਅੱਜ ਅਸੀਂ ਗੱਲਬਾਤ ਕਰਾਂਗੇ ਬਲਦੇਵ ਸਿੰਘ ਸਿਰਸਾ ਜੀ ਨਾਲ ਕਿਉਂਕਿ 16 ਮਈ ਨੂੰ ਉਹਨਾਂ ਨੇ ਇੱਕ ਰੈਲੀ ਕੱਢੀ ਸੀ ਜਿੱਥੇ ਸਾਡੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਜੱਗੀ ਜੋਹਲ ਵਾਲਾ ਕੇਸ ਵੀ ਸਾਡੇ ਸਾਹਮਣੇ ਆਇਆ ਸੀ ਕਿ ਉਹਨਾਂ ਨੂੰ ਤੇ ਹਾਲ ਜਿਹੜੇ ਵਿੱਚ ਸ਼ਿਫਟ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਸੋ ਬਲਦੇਵ ਸਿੰਘ ਸਿੱਸਾ ਜੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ 16 ਮਈ ਨੂੰ ਤੁਸੀਂ ਰੈਲੀ ਕੀਤੀ ਆ ਕੀ ਮੋਟਿਵ ਨੂੰ ਲੈ ਕੇ ਤੁਸੀਂ ਉਸ ਰੈਲੀ ਨੂੰ ਲੈ ਕੇ ਚੱਲੇ ਸੀ ਹਾਂਜੀ ਸਾਡੇ ਉਸ ਦਿਨ ਜਿਹੜਾ ਦੋ ਪੱਖ ਦੇ ਮਸਲੇ ਸੀ ਸਾਡੇ ਮੁੱਦੇ ਸਨ ਜੀ ਜਿਨ੍ਹਾਂ ਦੇ ਵਿੱਚ ਇੱਕ ਤਾਂ ਇਹ ਸੀ ਕਿ ਜਗੀ ਜੌਲ ਤੇ ਉਹਦੇ ਸਾਥੀਆਂ ਨੂੰ ਬਿਨਾਂ ਸਬੂਤਾਂ ਤੋਂ ਪਹਿਲਾਂ ਅਦਾਲਤ ਵੱਲੋਂ ਪੁਲਿਸ ਨੇ ਸਜ਼ਾ ਦਵਾਈ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਜੇਲ ਬਦਲੀ ਹੈ ਉਹ ਪੰਜਾਬ ਤੋਂ ਉਹਨਾਂ ਨੂੰ ਬਦਲ ਕੇ ਤੇ ਹਾਰ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਸਾਡਾ ਇਸ ਚੀਜ਼ ਦੇ ਨਾਲ ਮੰਨ ਦੇ ਉੱਤੇ ਬਹੁਤ ਸਾਡੇ 60 ਵਜੇ ਕਿ ਅਸੀਂ ਤਾਂ ਕਹਿ ਰਹੇ ਸੀ ਕਿ ਜਿਹੜੇ 20-20 ਸਾਲ ਤੋਂ 25-25 ਸਾਲ ਤੋਂ ਪੰਜਾਬ ਤੋਂ ਬਾਹਰ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਬਦਲਿਆ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਮੁਲਾਕਾਤਾਂ ਕਰ ਸਕਣ ਸੌਖੇ ਮਿਲ ਸਕਣ ਇੱਕ ਦੂਸਰੇ ਨਾਲ ਪਰ ਅਫਸੋਸ ਕਿ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਜਿਹੜਾ ਜੱਗੀ ਚੌਲ ਦਾ ਕੇਸ ਹੈ ਇਹਨਾਂ ਦੇ ਜਿਹੜੇ ਸੰਗਾਂ ਨੂੰ ਜਿਹੜਾ ਉਹ ਤਿਹਾਰ ਦਿਲ ਦੇ ਵਿੱਚ ਜਿਹੜਾ ਤਬਦਿਲ ਕੀਤਾ ਜਾ ਰਿਹਾ ਔਰ ਪਹਿਲਾਂ ਇਸੇ ਤਰ੍ਹਾਂ ਜੋ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਰਹਿ ਚੁੱਕਾ ਪ੍ਰਕਾਸ਼ ਸਿੰਘ ਬਾਦਲ ਉਹਦੇ ਸਮੇਂ ਦੇ ਵਿੱਚ ਵੀ ਜਿਹੜਾ ਸੀ ਅੱਜ ਤੱਕ ਕੋਈ ਸਿੱਖਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਤੇ ਅਸੀਂ ਉਸ ਦਿਨ ਇਹ ਇੱਕ ਮੁੱਦਾ ਰੱਖਿਆ ਸੀ ਕਿ ਜਿਹੜੇ ਪੰਜਾਬ ਦੀਆਂ ਜੇਲਾਂ ਦੇ ਤੋਂ ਵੀ ਤੁਸੀਂ ਤੇ ਅਸੀਂ ਤਾਂ ਕਹਿ ਰਹੇ ਸਾਂ ਕਿ ਪੰਜਾਬ ਦੀਆਂ ਜੇਲਾਂ ਚੋਂ ਜਿਹੜੇ ਬਾਹਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਲੇਕਿਨ ਤੁਸੀਂ ਸਾਡੇ ਤੇ ਧੱਕਾ ਕਰ ਰਹੇ ਜੇ ਕਿ ਜਿਹੜਾ ਉਹਨੂੰ ਬਿਨਾ ਸਬੂਤਾਂ ਤੋਂ ਸਜ਼ਾਵਾਂ ਦਿਵਾ ਕੇ ਤੇ ਪੰਜਾਬ ਦੀਆਂ ਜੇਲਾਂ ਚੋਂ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਕੌਮ ਨੂੰ ਇਹ ਕੇਂਦਰ ਵੱਲੋਂ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਕੀਤਾ ਗਿਆ ਔਰ ਇਹਦੇ ਨਾਲ ਹੀ ਉਸ ਦਿਨ ਸਾਡਾ ਇੱਕ ਹੋਰ ਵੀ ਇਸ਼ੂ ਸੀ ਕਿ ਜਿਹੜਾ ਅਸੀਂ 8 ਮਈ 2016 ਨੂੰ ਬਰਗਾੜੀ ਤੋਂ ਪ੍ਰਕਾਸ਼ਿਓਂ ਬਾਦਲ ਦੇ ਗੇਟ ਤੱਕ ਅਸੀਂ ਇੱਕ ਮਾਰਚ ਕੀਤਾ ਸੀ ਤੇ ਉਹ ਮਾਰਚ ਕਰਨ ਤੋਂ ਬਾਅਦ ਲੱਖਾ ਸਿਧਾਨਾ ਦੇ ਉੱਤੇ ਜਿਹੜਾ ਸੀ ਉਹ ਪੁਲਿਸ ਪਰਚਾ ਦਰਜ ਕੀਤਾ ਗਿਆ ਤੇ ਅਸੀਂ ਜਿਹੜਾ ਇਹ 16 ਮਈ ਨੂੰ ਰੋਸ ਸਮਾਰਤ ਕਰਕੇ ਤੇ ਉੱਥੇ ਇਹ ਵੀ ਗੱਲ ਕੀਤੀ ਸੀ ਕਿ ਲੱਖੇ ਸਿਧਾਨੇ ਤੇ ਜੋ ਪਰਚਾ ਦਰਜ ਕੀਤਾ ਗਿਆ ਉਹ ਗਲਤ ਹੈ ਤੇ ਉਹਨੂੰ ਜਿਹੜਾ ਉਹ ਵਾਪਸ ਲਿਆ ਜਾਵੇ ਇਸ ਕਰਕੇ ਅਸੀਂ 16 ਮਈ ਨੂੰ ਦੋ ਮੁੱਦਿਆਂ ਨੂੰ ਲੈ ਕੇ ਜਿਹੜਾ ਸੀ ਉੱਤੇ ਮਾਰਚ ਜਿਹੜਾ ਕਰਕੇ ਤੇ ਡਿਪਟੀ ਕਮਿਸ਼ਨਰ ਅਮਰ ਬਠਿੰਡਾ ਨੂੰ ਜਿਹੜਾ ਸੀ ਮਗ ਪੱਤਰ ਦਿੱਤਾ ਤੇ ਉਥੇ ਆਪਣੇ ਵਿਚਾਰ ਵੀ ਬੁਲਾ ਰਿਆ ਨੇ ਰੱਖੇ ਸਨ ਬਬਈ ਤੁ ਆਪਾਂ ਤੁਹਾਨੂੰ ਇਹ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਾਡੀ ਸਿੱਖ ਕੌਮ ਦਾ ਬੇੜਾ ਕਰ ਕਰਨ ਦੇ ਵਿੱਚ ਵੀ ਕਿਤੇ ਬਹੁਤ ਵੱਡਾ ਪਿੱਛੇ ਹੱਥ ਹੈਗਾ ਜਿਸ ਤਰ੍ਹਾਂ ਕਿਉਂ ਸਮੇਂ-ਸਮੇਂ ਤੇ ਸਾਨੂੰ ਰੋਜ਼ ਮਾਰਚ ਕਰਨੇ ਪੈਂਦੇ ਨੇ ਸਾਨੂੰ ਬੰਦੀ ਸਿੰਘਾਂ ਵਾਸਤੇ ਮੰਗ ਕਰਨੀ ਪੈਂਦੀ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਬੀਬਾ ਜੀ ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਜੀ ਮੁੱਖ ਕਾਰਨ ਜਿਹੜਾ ਉਹ ਇਹ ਆ ਕਿ ਸਿੱਖ ਕੌਮ ਅੱਜ ਲੀਟਰ ਲੀਡਰਲੈਸ ਹੈ ਜੀ ਸਿੱਖ ਕੌਮ ਦਾ ਲੀਡਰ ਕੋਈ ਨਹੀਂ ਜੋ ਕਿ ਸਿੱਖ ਜੇਕਰ ਸਿੱਖ ਕੌਮ ਦਾ ਕੋਈ ਲੀਡਰ ਹੁੰਦਾ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਟਾਈਮ ਦੇ ਉੱਤੇ ਕਿਸੇ ਦੇ ਨਾਲ ਵੀ ਕੋਈ ਵਧੇਚੀ ਹੁੰਦੀ ਸੀ ਤੇ ਅਸੀਂ ਵੇਖਿਆ ਕਿ ਸੰਤ ਜਰਨੈਲ ਸਿੰਘ ਕੇਵਲ ਅਖਬਾਰ 'ਚ ਬਿਆਨ ਦਿੰਦੇ ਸੀ ਤੇ ਉਸ ਬਿਆਨ ਦੇਣ ਤੋਂ ਬਾਅਦ ਜਿਹੜਾ ਵੀ ਕੋਈ ਧੱਕਾ ਜਿਐਸਤੀ ਕਰਦਾ ਸੀ ਤੇ ਉਹਦੇ ਥੰਮ ਥੜਕ ਜਾਂਦੇ ਸਨ ਤੇ ਉਸੇ ਟਾਈਮ ਤੇ ਜੇ ਕਿਸੇ ਨੂੰ ਨਜਾਇਜ਼ ਗ੍ਰਿਫਤਾਰ ਕੀਤਾ ਹੁੰਦਾ ਸੀ ਤੇ ਉਹ ਛੁੱਟ ਜਾਂਦਾ ਸੀ ਜਾਂ ਹੋਰ ਕਿਤੇ ਧੱਕਾ ਅੰਦਾਜ਼ੇ ਦੇ ਨੇ ਤੇ ਜੇ ਨਹੀਂ ਤਾਂ ਫਿਰ ਉਹਦਾ ਕਿਸੇ ਢੰਗ ਦੇ ਨਾਲ ਉਹਦਾ ਅਗੋਂ ਬਦਲ ਵੀ ਜਿਹੜਾ ਸੀ ਉਹ ਸੋਚਿਆ ਜਾਂਦਾ ਸੀ ਲੇਕਿਨ ਅਫਸੋਸ ਹੈ ਕਿ ਅੱਜ ਸਾਡੀ ਜਿਹੜੀ ਸਿੱਖ ਕੌਮ ਹੈ ਉਹ ਲੀਡਰਲੈਸ ਹੋਣ ਕਰਕੇ ਇਹ ਵੱਖ-ਵੱਖ ਜਥੇਬੰਦੀਆਂ ਚ ਜਿਹੜੀ ਆ ਵੰਡੀ ਹੋਈ ਹੈ ਔਰ ਜਿਸ ਜਥੇਬੰਦੀ ਦਾ ਜੋ ਜੀ ਕਰਦਾ ਹੈ ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਆ ਉਹ ਮਸਲੇ ਲੈ ਕੇ ਤੇ ਕੰਮ ਕਰ ਰਹੀ ਹੈ ਔਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਵੀ ਕਹਿਣ ਤੋਂ ਗਰੇਜ ਨਹੀਂ ਕਰਾਂਗਾ ਕਿ ਜਿੱਥੇ ਅੱਜ ਸਿੱਖ ਕ੍ਰੋਮ ਵਿਰੋਧੀ ਜਿੰਨੀਆਂ ਵੀ ਏਜੰਸੀਆਂ ਨੇ ਜਿੰਨੀਆਂ ਵੀ ਸਿੱਖ ਵਿਰੋਧੀ ਪਾਰਟੀਆਂ ਨੇ ਉਹ ਧਰੇ ਨੇ ਰਾਜਨੀਤਿਕ ਲੋਕ ਨੇ ਜਿਨ੍ਹਾਂ ਦੇ ਵਿੱਚ ਜਿਸ ਤਰ੍ਹਾਂ ਕਿ ਆਰਐਸਐਸ ਔਰ ਕਾਂਗਰਸ ਜਮਾਤ ਜਾਂ ਹੋਰ ਜਿੰਨੇ ਵੀ ਮੋਦੀ ਵਰਗੇ ਭਾਜਪੀ ਬਾਦਲ ਐਂਡ ਕੰਪਨੀ ਇਹ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਇਕੱਠੇ ਰਲ ਕੇ ਚੱਲ ਰਹੇ ਆ ਔਰ ਮਿਲ ਕੇ ਚੱਲ ਰਹੇ ਨੇ ਤੇ ਸਾਡੇ ਜਿਹੜੇ ਨੇ ਉਹ ਖਿੰਡੇ ਹੋਏ ਨੇ ਸਾਡੇ ਤੇ ਹਿੱਤੋਂ ਤੱਕ ਆ ਕਿ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਵਿੱਚ ਜਿਹੜੇ ਬੈਠੇ ਲੋਕ ਨੇ ਸਾਨੂੰ ਸਭ ਤੋਂ ਜੇ ਅੱਜ ਵੱਧ ਖਤਰਾ ਹੈ ਤੇ ਬੁੱਕਲ ਦੇ ਸੱਪਾਂ ਤੋਂ ਖਤਰਾ ਹੈ ਜੀ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਅੱਜ ਤੱਕ ਆਪਣੇ ਬੁੱਕਲ ਦੇ ਸੱਪਾਂ ਨੂੰ ਪਹਿਚਾਨ ਹੀ ਨਹੀਂ ਸਕੇ ਜੇਕਰ ਅਸੀਂ ਆਪਣੇ ਬੁੱਕਲ ਦੇ ਸੱਪਾਂ ਨੂੰ ਪਹਿਚਾਨ ਕੇ ਚੱਲਦੇ ਤੇ ਸਾਡੀ ਇਹ ਹਾਲਤ ਨਾ ਹੁੰਦੀ ਤੁਸੀਂ ਹੁਣ ਵੇਖੋ ਕਿ ਪ੍ਰਗਿਆ ਠਾਕੁਰ ਪ੍ਰਗਿਆ ਸਿੰਘ ਠਾਕੁਰ ਸਾਧਵੀ ਇੱਕ ਔਰਤ ਹੈ ਜਿਨ੍ਹਾਂ ਨੇ ਜਿਹੜਾ ਸੀ ਇੱਕ ਬੰਬ ਕਾਂਟ ਕਰਨੇ ਸੀ ਉਹ ਬੰਬ ਬਲਾਸਟ ਹੋ ਗਿਆ ਤੇ ਉਹ ਬੰਬ ਬਲਾਸਟ ਹੋਣ ਤੋਂ ਬਾਅਦ ਇਹਨਾਂ ਦੀ ਸਾਰੀ ਜਿਹੜੀ ਤਸਵੀਰ ਸਾਹਮਣੇ ਆ ਗਈ ਇਹਨਾਂ ਦਾ ਜੇ ਉਹ ਬੰਬ ਬਲਾਸਟ ਨਾ ਹੁੰਦਾ ਤੇ ਇਹਨਾਂ ਨੇ ਮੁਸਲਮ ਜਿੱਥੇ ਬਹੁ ਗਿਣਤੀ ਸੀ ਉਥੇ ਬੰਬ ਬਲਾਸਟ ਕਰਨੇ ਸੀ ਸਿੱਖਾਂ ਦੇ ਪੇਸ ਵਿੱਚ ਬਨੌਟੀ ਦਾੜੀਆਂ ਫਰਜੀ ਪੱਗਾਂ ਬਨੌਟੀ ਪੱਗਾਂ ਬਨ ਕੇ ਤੇ ਫਰ ਬਨੌਟੀ ਦਾੜੀਆਂ ਲਾ ਕੇ ਕੇ ਬਣਾ ਕੇ ਸਿੱਖੀ ਪੇਸ ਵਿੱਚ ਇਹਨਾਂ ਨੇ ਬੰਬ ਬਲਾਸਟ ਕਰਨੇ ਸੀ ਇਹਨਾਂ ਦਾ ਮੰਤਵ ਸੀ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਮੁਸਲਮਾਨ ਕਹਿਣਗੇ ਕਿ ਸਿੱਖਾਂ ਨੇ ਸਾਡੇ ਤੇ ਇਹ ਬੰਬਲਾਸ ਕੀਤੇ ਨੇ ਤੇ ਉਹ ਪ੍ਰਿਗਿਆ ਠਾਕੁਰ ਜਿਹੜੀ ਸੀ ਉਹਦੇ ਕੰਮ ਕਰਨਾ ਔਰ ਕਰਨਲ ਪ੍ਰੋਹਿਤ ਜੋ ਕਿ ਇੱਕ ਆਰਮੀ ਦਾ ਅਫਸਰ ਸੀ ਉਹਨਾਂ ਦੇ ਸਾਰੇ ਪਿੱਛੇ ਇਹਦਾ ਜਿਹੜਾ ਇਸ ਪਰਦਾ ਫਾਸ਼ ਕੀਤਾ ਉਹ ਸੀ ਉਸ ਟਾਈਮ ਦੇ ਉੱਤੇ ਹੇਮਤ ਕਰਕਰੇ ਹੇਮਤ ਕਰਕਰੇ ਜਿਹੜਾ ਸੀ ਉਹ ਕੇਂਦਰ ਮਲਕੇ ਸਰਕਾਰ ਦੀ ਏਜੰਸੀ ਦਾ ਇੱਕ ਸੀਨੀਅਰ ਅਫਸਰ ਸੀ ਉਹ ਬੰਦਾ ਨਿਰਪੱਖ ਸੀ ਉਸ ਬੰਦੇ ਨੇ ਹਿੰਮਤ ਕਰ ਕਰੇ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਬਹੁਤ ਮਿਹਨਤ ਕਰਕੇ ਤੇ ਇਸ ਪ੍ਰਗਿਆ ਠਾਕੁਰ ਨੂੰ ਜਿਹੜਾ ਸੀ ਗ੍ਰਭਧਾਨ ਕੀਤਾ ਉਹ ਤੁਹਾਡੇ ਸਾਹਮਣੇ ਪ੍ਰਗਿਆ ਠਾਕੁਰ ਜਿਹੜੀ ਆ ਉਹ ਇਲੈਕਸ਼ਨਾਂ ਦੇ ਵਿੱਚ ਜੋ ਕੋ ਲੋਤੀ ਆ ਤੇ ਉਹ ਬੋਲੀ ਸੀ ਕਿ ਪ੍ਰਗਿਆ ਜਿਹੜਾ ਇਹ ਹਿੰਮਤ ਕਰ ਕਰਿਆ ਇਹਨੇ ਮੇਰੇ ਨਾਲ ਜ਼ਿਆਸਤੀ ਕੀਤੀ ਸੀ ਤਾਂ ਉਹਦੀ ਮੌਤ ਹੋਈ ਆ ਪਰ ਹੇਮਤ ਕਰ ਕਰੇ ਜੋ ਪੜਤਾਲ ਕਰ ਰਿਆ ਸੀ ਉਹ ਜਿਸ ਤਰ੍ਹਾਂ ਉਹਨੇ ਇਹ ਸਾਧਵੀ ਪ੍ਰਿਗਿਆ ਠਾਕੁਰ ਨੂੰ ਕਰਨਲ ਪ੍ਰੋਤ ਨੂੰ ਹੋਰ ਬਹੁਤ ਸਾਰੇ ਬੰਦੇ ਉਹਨੇ ਜਿਹੜੇ ਸੀ ਉਹ ਸਾਹਮਣੇ ਲਿਆਂਦੇ ਤੇ ਇਹਨਾਂ ਨੇ ਇੱਕ ਸਾਜ਼ਿਸ਼ ਰਚ ਕੇ ਜਦੋਂ ਬੰਬੇ ਕਾਂਡ ਹੋਇਆ ਉਸ ਬੰਬੇ ਜਿਹੜਾ ਉੱਥੇ ਹੋਟਲ ਕਾਂਡ ਹੋਇਆ ਉਸ ਕਾਂਡ ਦੇ ਵਿੱਚ ਇਹਨਾਂ ਨੇ ਹੇਮਤ ਕਰਕਰੇ ਨੂੰ ਇੱਕ ਸਾਜ਼ਿਸ਼ ਦੇ ਤਹਿਤ ਉਹਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਫਲਾਣੇ ਪਾਸੇ ਇਹ ਜਿਹੜਾ ਇਹ ਅਤਵਾਦੀ ਉਧਰ ਗੋਲੀ ਚਲਾ ਰਹੇ ਨੇ ਤੇ ਤੂੰ ਉੱਥੇ ਪਹੁੰਚਣਾ ਹੈ ਉਹ ਉਧਰ ਜਾ ਰਿਹਾ ਸੀ ਲੇਕਿਨ ਜਿਹੜੀਆਂ ਭਾਰਤੀ ਏਜੰਸੀਆਂ ਸੀ ਉਹਨਾਂ ਨੇ ਹੇਮਤ ਕਰਕਰੇ ਨੂੰ ਆਪ ਗੋਲੀਆਂ ਨਾਲ ਸ਼ੂਟ ਕਰਕੇ ਤੇ ਹੇਮਤ ਕਰਕਰੇ ਦੀ ਉੱਥੇ ਮੌਤ ਕੀਤੀ ਉਹਦਾ ਸਾਥੀ ਵੀ ਮਾਰਿਆ ਗਿਆ ਇਹਦਾ ਸਬੂਤ ਇਹ ਆ ਕਿ ਹੇਮਤ ਕਰਕਰੇ ਦੀ ਮੌਤ ਤੋਂ ਬਾਅਦ ਉਹਦੀ ਘਰਵਾਲੀ ਤੇ ਉਹਦਾ ਜਿਹੜਾ ਸਾਥੀ ਮਰਿਆ ਉਹਦੀ ਘਰਵਾਲੀ ਨੂੰ ਇਹਨਾਂ ਨੇ ਅਵਾਰਡ ਦੇਣ ਵਾਸਤੇ ਬੁਲਾਇਆ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਅਸੀਂ ਕੋਈ ਵੀ ਸਨਮਾਨ ਨਹੀਂ ਲਵਾਂਗੀਆਂ ਕਿਉਂਕਿ ਸਾਡੇ ਪਤੀਆਂ ਨੂੰ ਇਹ ਕੇਂਦਰ ਦੀਆਂ ਏਜੰਸੀਆਂ ਨੇ ਖੁਦ ਕਤਲ ਕੀਤਾ ਹੈ ਹੇਮਤ ਕਰਕਰੇ ਉਹ ਆਦਮੀ ਸੀ ਜਿਹੜਾ ਇਹ ਹਿੰਦੂ ਆਤਵਾਦੀਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਰਿਹਾ ਸੀ ਤੇ ਕਤਲ ਨੂੰ ਇਸ ਕਰਕੇ ਕੀਤਾ ਕਿਉਂਕਿ ਹੇਮਤ ਕਰ ਕਰੇ ਐਲਕੇ ਅਡਵਾਨੀ ਯਰ ਮੋਦੀ ਵਰਗਿਆਂ ਤੱਕ ਉਹਨੇ ਪਹੁੰਚ ਜਾਣਾ ਸੀ ਜੇ ਕਿਤੇ ਹੇਮਤ ਕਰ ਕਰੇ ਦਾ ਕਤਲ ਨਾ ਹੁੰਦਾ ਇਸੇ ਕਰਕੇ ਇਹ ਅੱਜ ਪ੍ਰਿਗਿਆ ਠਾਕੁਰ ਨੂੰ ਜਿਹੜਾ ਅੱਜ ਭਾਜਪੀ ਨੇ ਜਿਹੜਾ ਪਾਰਲੀਮੈਂਟ ਦੀ ਟਿਕਟ ਦੇ ਕੇ ਤੇ ਉਹਨੂੰ ਇਲੈਕਸ਼ਨ ਲੜਾਈ ਆ ਪਰ ਮੈਂ ਬਾਬਾ ਜੀ ਤੁਹਾਨੂੰ ਪੁੱਛਣਾ ਚਾਹੁੰਨੀ ਹ ਜਿੱਥੇ ਸਾਡਾ ਬਲਵੰਤ ਸਿੰਘ ਰਾਜੋਵਾਨਾ ਬੰਦੀ ਸਿੰਘਾ ਦੀ ਆਪਾਂ ਗੱਲ ਕਰਦੇ ਆਂ ਜਗਤਾਰ ਸਿੰਘ ਹਵਾਰਾਂ ਦੀ ਗੱਲ ਕਰਦੇ ਉਹਨਾਂ ਨੂੰ ਵੀ ਅਤਵਾਦ ਦਾ ਨਾਂ ਦਿੱਤਾ ਗਿਆ ਸੀ ਪਰ ਇਹਨੂੰ ਵੀ ਹਿੰਦੂ ਅਤਵਾਦ ਦਾ ਨਾਂ ਦਿੱਤਾ ਗਿਆ ਸੀ ਫਿਰ ਕਿਉਂ ਇਸਨੂੰ ਬਜਪੀ ਦੇ ਚੋਣਾਂ ਵਿੱਚ ਖਿਲਾ ਰਿਆ ਦੇਖੋ ਜਿਹਦੀ ਪੈਰੀ ਮੈਂ ਤੁਹਾਨੂੰ ਦੱਸ ਚੁੱਕਾ ਹੈ ਜੀ ਇਹਨੂੰ ਕਿਉਂ ਖਿਲਾ ਰਿਆ ਕਿਉਂਕਿ ਜਿਹੜੇ ਇਹਦੇ ਪਿੱਛੇ ਇਹ ਸਾਰੇ ਦੇ ਸਾਰੇ ਨਵਾਬਲਬ ਨੇ ਘੱਟ ਗਿਣਤੀਆਂ ਨੂੰ ਇਹ ਹੜੱਪਣਾ ਚਾਹੁੰਦੇ ਨੇ ਇੱਕ ਦਹਿਸਤ ਪਾ ਕੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦਾ ਮਨੋਰਥ ਕੀ ਸੀ ਕਿ ਇਹਨਾਂ ਨੇ ਸਿੱਖੀ ਭੇਸ ਵਿੱਚ ਮੁਸਲਮ ਏਰੀਆ ਚ ਬਲੰਬਾਸਟ ਬੰਬ ਜਿਹੜੇ ਹੀ ਬਲਾਸਟ ਕਰਨੇ ਸੀ ਸਿੱਖਾਂ ਤੇ ਮੁਸਲਮਾਨਾਂ ਦਾ ਆਪਸ ਵਿੱਚ ਕਤਲੇਆਮ ਕਰਾਉਣੀ ਸੀ ਨਫ਼ਰਤ ਪੈਦਾ ਕਰਨੀ ਸੀ ਇਹਨਾਂ ਨੇ ਜਿਸ ਤਰ੍ਹਾਂ ਕਿ ਪਿੰਡ ਨੂੰ ਅੱਗ ਲੱਗੀ ਕੁੱਤਾ ਰੂੜੀ ਤੇ ਇਹਨਾਂ ਨੇ ਉਹ ਕੰਮ ਕਰਨਾ ਸੀ ਅੱਗ ਲਾਪ ਲਾਉਣੀ ਸੀ ਤੇ ਮੁਸਲਮਾਨਾਂ ਤੇ ਸਿੱਖਾਂ ਦਾ ਕਤਲੇਆਮ ਕਰਾ ਕੇ ਤੇ ਤਮਾਸ਼ਾ ਵੇਖਣਾ ਸੀ ਉਸ ਤੋਂ ਬਾਅਦ ਇਹਨਾਂ ਦੋਵਾਂ ਨੂੰ ਦੋਵਾਂ ਨੇ ਸਿੱਖਾਤੇ ਮੁਸਲਮਾਨਾ ਦਿੱਤੇ ਪਰਚੇ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਬੰਦ ਕਰਨਾ ਸੀ ਆਪ ਇਹਨਾਂ ਨੇ ਜਿਹੜਾ ਸੀ ਪਿੱਛੇ ਰਹਿਣਾ ਸੀ ਸੋ ਇਹਨਾਂ ਦਾ ਉਹ ਮਨੋਰਥ ਪੂਰਾ ਨਹੀਂ ਹੋਇਆ ਜਿਹੜੀਆਂ ਇਹ ਜਿਹੜੀ ਹਿੰਦੂ ਜਮਾਤ ਹੈ ਆਰਐਸਐਸ ਹੈ ਭਾਜਪਾ ਉਹਦੀ ਇੱਕ ਸ਼ਾਖਾ ਹੈ ਅਸਲ ਤੇ ਇਹਨਾਂ ਦੀ ਜਿਹੜੀ ਮਾਂ ਹੈ ਉਹ ਆਰਐਸਐਸ ਹੈ ਜੀ ਆਰਐਸਐਸ ਦਾ ਇੱਕ ਮਨੋਰਥ ਹੈ ਕਿ ਘੱਟ ਗਿਣਤੀਆਂ ਨੂੰ ਖਤਮ ਕਰਨਾ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਨਾ ਸੋ ਅੱਜ ਇਹ ਵੀ ਇੱਕ ਘਟ ਗਿੰਤਿਆਂ ਨੂੰ ਚੈਲੰਜ ਹੈ ਕਿ ਉਹ ਪ੍ਰਗਿਆ ਸਿੰਘ ਠਾਕੁਰ ਜਿਨੇ ਜਿਹੜੀ ਹਿੰਦੂ ਅਤਵਾਦੀ ਸੀ ਜਿਹਦੇ ਤੇ ਏਡੇ ਵੱਡੇ ਕੇਸ ਸੀ ਉਹਨੂੰ ਬਰੀ ਜ਼ਮਾਨਤ ਦਿੱਤੀ ਗਈ ਆ ਉਹਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਗਈ ਭਾਜਪੀ ਵੱਲੋਂ ਔਰ ਉਹ ਕਹਿ ਰਹੀ ਆ ਕਿ ਮੈਂ ਜਿੱਤਣਾ ਉਹ ਵੰਗਾਰ ਰਹੀ ਆ ਤੇ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਚੋਂ ਹੋ ਸਕਦਾ ਕਿ ਉਹ ਜਿੱਤ ਵੀ ਜਾਵੇ ਬਾਕੀ ਤਾਂ ਪਰ ਸਾਡੀ ਫਿਰ ਸਾਡੀ ਬੰਦੀ ਸਿੰਘ ਕਿਉਂ ਨਹੀਂ ਰਿਹਾ ਕੀਤਾ ਜਾਂਦੇ ਜਿੱਥੇ ਅਸੀਂ ਇੰਨੇ ਨੇ ਮੋਰਚੇ ਲਗਾਉਨੇ ਆ ਧਰਨੇ ਲਗਾਉਨੇ ਆ ਕਿਉਂ ਸਾਡੀ ਸੁਣਵਾਈ ਨਹੀਂ ਕੀਤੀ ਕਿਉਂ ਸਾਡੇ ਸਿੱਖਾਂ ਦੇ ਆਪਣੇ ਰਾਈਟਸ ਨਹੀਂ ਹੈਗੇ ਸਾਡਾ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਆ ਕਿ ਅਸੀਂ ਲੀਡਰਲੈਸ ਸਾਡਾ ਕੋਈ ਲੀਡਰ ਨਹੀਂ ਅਸੀਂ ਵੱਖ-ਵੱਖ ਜਥੇਬੰਦੀਆਂ ਚ ਵੰਡੇ ਹੋਏ ਆ ਔਰ ਕਿਸੇ ਦਾ ਮੂੰਹ ਇਧਰ ਨੂੰ ਆ ਕਿਸੇ ਦਾ ਮੂੰਹ ਇਧਰ ਨੂੰ ਆ ਕਿਸੇ ਦਾ ਮੂੰਹ ਇਧਰ ਨੂੰ ਆ ਜਿਧਰ ਨੂੰ ਜੀ ਕਰਦਾ ਉਹ ਤੁਰਿਆ ਜਾਂਦਾ ਜੋ ਜੀ ਕਰਦਾ ਉਹ ਬੋਲੀ ਜਾਂਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਸਾਹਮਣੇ ਤੁਸੀਂ ਵੀ ਉਸ ਦਿਨ ਗਏ ਸੋ ਜਿਹੜਾ ਕਿ 8 ਮਈ ਨੂੰ ਜੋ ਉਥੇ ਬਾਦਲ ਦੇ 게ਟ ਅੱਗੇ ਅਸੀਂ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਤੇ ਬਾਦਲ ਦਾ ਪਿੱਟ ਸਿਆਪਾ ਕਰਨ ਵਾਸਤੇ ਕਿ ਇਸ ਬਾਦਲ ਨੂੰ ਵੋਟਾਂ ਨਾ ਪਾਈਆਂ ਜਾਣ ਇਹਨ ਸਿੱਖ ਕੌਮ ਦਾ ਘਾਣ ਕੀਤਾ ਤੇ ਉਥੇ ਸਾਡੇ ਦੇ ਲੀਡਰ ਜਿਹੜੇ ਸੀ ਉਹ ਮਾਈਕ ਦੇ ਬੋਲਣ ਤੋਂ ਹੀ ਲੜਪੇ ਅਸੀਂ ਫਿਰ ਲੀਡਰਲੈਸ ਆ ਨਾ ਸਾਡਾ ਕੋਈ ਇਸ ਟਾਈਮ ਤੇ ਲੀਡਰ ਨਹੀਂ ਜਿਹੜੀਆਂ ਘਟਕਿੰਤੀਆਂ ਨੇ ਉਹਨਾਂ ਵਾਸਤੇ ਸਾਡੇ ਬਲਵੰਤ ਸਿੰਘ ਰਾਜਵਾਨ ਨੇ ਚਾਹੇ ਹਾਲਾਂਕਿ ਬਲਵੰਤ ਸਿੰਘ ਰਾਜਵਾਨ ਨੇ ਇਹ ਕੰਮ ਠੀਕ ਨਹੀਂ ਕੀਤਾ ਜਿਹੜਾ ਕਿ ਉਹਨੇ ਬਾਦਲ ਦੀ ਤੇ ਭਾਜਪਾ ਦੀ ਸਪੋਰਟ ਕੀਤੀ ਆ ਇਹ ਕੰਮ ਠੀਕ ਨਹੀਂ ਕੀਤਾ ਪਰ ਉਸ ਬਲਵੰਤ ਸਿੰਘ ਰਾਜਵਾਨੇ ਨੂੰ ਤਾਂ ਇਹ ਅੱਤਵਾਦੀ ਕਹਿੰਦੇ ਨੇ ਭਾਈ ਜਗਤਾਰ ਸਿੰਘ ਆਵਾਰਾ ਇਹਨਾਂ ਵਾਸਤੇ ਅੱਤਵਾਦੀ ਸੰਤ ਜਰਨੈਲ ਸਿੰਘ ਇਹਨਾਂ ਵਾਸਤੇ ਅੱਤਵਾਦੀ ਬਲਦੇਵ ਸਿੰਘ ਸਰਸਾ ਇਹਨਾਂ ਵਾਸਤੇ ਅੱਤਵਾਦੀ ਜੋ ਵੀ ਸੱਚ ਦੀ ਆਵਾਜ਼ ਠਾਏਗਾ ਉਹ ਇਹਨਾਂ ਵਾਸਤੇ ਅੱਤਵਾਦੀ ਹੈ ਭਾਈ ਦਰਜੀਤ ਸਿੰਘ ਬਿੱਟੂ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ ਆ ਉਹ ਇਹਨਾਂ ਵਾਸਤੇ ਅੱਤਵਾਦੀ ਨੇ ਪਰ ਉਹ ਕੌਮ ਦੇ ਹੀਰੋ ਨੇ ਜਿਸ ਤਰ੍ਹਾਂ ਇਹਨਾਂ ਵਾਸਤੇ ਪ੍ਰਗਿਆ ਠਾਕੁਰ ਹੀਰੋ ਆ ਉਹਨੂੰ ਇਹਨਾਂ ਨੇ ਜਿਹੜਾ ਉਹ ਪਾਰਲੀਮੈਂਟ ਦੀ ਟਿਕਟ ਦੇ ਕੇ ਅੱਜ ਘਟ ਗਿਣਤੀਆਂ ਨੂੰ ਇੱਕ ਚੈਲੰਜ ਕੀਤਾ ਹੈ ਵੀ ਤੁਸੀਂ ਤੇ ਕਹਿੰਦੇ ਜੇ ਕਿ ਇਹ ਜਿਹੜੀ ਸੀ ਇਹ ਹਿੰਦੂਵਾਦੀ ਹੈ ਤੇ ਤੁਹਾਡੇ ਸਾਹਮਣੇ ਕਿੰਨੀ ਵਾਰ ਐਲਕੇ ਢਵਾਨੀ ਨੇ ਮੋਦੀ ਨੇ ਇਹ ਸਾਰਿਆਂ ਨੇ ਕਿਹਾ ਹੈ ਕਿ ਹਿੰਦੂ ਅਤਵਾਦੀ ਨਹੀਂ ਹੋ ਸਕਦਾ ਜੇ ਹਿੰਦੂ ਅਤਵਾਦੀ ਨਹੀਂ ਹੋ ਸਕਦਾ ਤੇ ਤੁਸੀਂ ਇਨੇ ਨੇ ਕਾਂਡ ਕਰਕੇ ਤੇ ਤੁਸੀਂ ਸੱਤਵਾਦੀ ਹੋ ਮੈਂ ਮੋਦੀ ਤੋਂ ਪੁੱਛਣਾ ਚਾਹਣਾ ਮੋਦੀ ਨੇ ਪੋਲਵਾਮਾ ਕਾਂਡ ਆਪ ਕਰਾਇਆ ਔਰ ਉਸ ਤੋਂ ਬਾਅਦ ਜਿਹੜਾ ਉਧਰ ਸਰਜੀਕਲ ਸਟ੍ਰਾਈਕ ਕੀਤਾ ਉਥੇ ਜਿਹੜੇ ਸੀ ਬੰਪ ਰਾਜ ਕਰਕੇ ਤੇ ਅੱਜ ਇਲੈਕਸ਼ਨਾਂ ਦੇ ਵਿੱਚ ਇਸ ਮੁੱਦੇ ਨੂੰ ਜਿਹੜਾ ਸੀ ਹੈਵੀ ਕੀਤਾ ਲਲਕਾਰਿਆ ਸਾਰੇ ਚੈਨਲ ਖਰੀਦ ਕੇ ਤੇ ਲਲਕਾਰਿਆ ਕਿ ਅਸੀਂ ਜਿਹੜਾ ਉਹ ਸਭ ਕੁਝ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਘੱਟ ਗਿਣਤੀਆਂ ਨੂੰ ਤੇ ਅੱਤਵਾਦੀਆਂ ਨੂੰ ਮੋਦੀ ਜਿਹੜਾ ਉਹ ਨੱਥ ਪਾ ਸਕਦਾ ਜਿਸ ਕਰਕੇ ਉਸ ਮੁੱਦੇ ਤੇ ਇਹਨਾਂ ਨੇ ਇਲੈਕਸ਼ਨ ਲੜਿਆ ਕੀ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ 2019 ਚ ਆ ਹੋਈਆਂ ਨੇ ਜਿਨ੍ਹਾਂ ਦਾ ਰਿਜ਼ਲਟ 23 ਤਰੀਕ ਨੂੰ ਆਉਣਾ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਦੇਸ਼ ਦੇ ਕਿਸਾਨ ਦੇ ਮੁੱਦੇ ਦੇਸ਼ ਦੇ ਮਜ਼ਦੂਰਾਂ ਦੇ ਮੁੱਦੇ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਮੁਲਾਜ਼ਮ ਜਥੇਬੰਦੀਆਂ ਰੋਜ਼ ਧਰਨੇ ਦੇ ਰਹੀਆਂ ਨੇ ਬੇਰੁਜ਼ਗਾਰੀ ਦਾ ਮੁੱਦਾ ਵਿਦਿਆ ਦਾ ਮੁੱਦਾ ਪਾਣੀਆਂ ਦੇ ਮੁੱਦੇ ਕੀ ਉਹ ਸੀ ਬਿਲਕੁਲ ਨਹੀਂ ਕੇਵਲ ਸਰਜੀਕਲ ਸਟ੍ਰਾਈਕ ਤੇ ਉਹੀ ਇੱਕ ਚੱਲ ਰਿਹਾ ਪੁਲਵਾਮਾ ਕਾਂਡ ਨੂੰ ਲੈ ਕੇ ਚੱਲ ਰਿਹਾ ਹੈ ਉਹੀ ਗੱਲਾਂ ਕਰਕੇ ਤੇ ਜਿਹੜੀਆਂ ਮੋਦੀ ਜਿਹੜਾ ਇਲੈਕਸ਼ਨ ਲੜੀਆਂ ਨੇ ਸੋ ਇਹਦੇ ਵਿੱਚ ਅਸੀਂ ਜਿਹੜੇ ਆ ਉਹ ਅੱਜ ਖਿੰਡੇ ਹੋਏ ਆ ਅਸੀਂ ਜਿੱਨਾ ਚਿਰ ਇਕੱਠੇ ਨਹੀਂ ਹੁੰਦੇ ਅਸੀਂ ਜਿੱਨਾ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਦੀ ਸੋਚ ਦੇ ਮੁਤਾਬਕ ਅਸੀਂ ਇਕੱਠੇ ਹੋ ਕੇ ਰਲ ਕੇ ਬੈਠ ਕੇ ਨਹੀਂ ਚੱਲਦੇ ਉਹਨਾਂ ਚਿਰ ਸਾਡਾ ਕੌਮ ਦਾ ਇਹੀ ਹਾਲ ਹੁੰਦਾ ਰਹੇਗਾ ਉਹਨਾਂ ਚਿਰ ਸਾਡੀ ਕੌਮ ਦੀ ਕੋਈ ਜੜੀ ਆ ਬੌੜੀ ਹੋਣ ਵਾਲੀ ਨਹੀਂ ਸਾਡੀ ਕੌਮ ਦਾ ਭਵਿੱਖ ਕੋਈ ਹੁਜਲਾ ਹੋਣ ਵਾਲਾ ਨਹੀਂ ਕਿਉਂਕਿ ਅੱਜ ਅਸੀਂ ਜਿਹੜਾ ਵੱਖ-ਵੱਖ ਧੜਿਆਂ 'ਚ ਵੱਖ-ਵੱਖ ਪਾਰਟੀਆਂ 'ਚ ਇੱਕ ਹਰਚ ਹੈ ਕੇ ਨੌ ਪੂਰਬੀਏ ਤੇਰਾ ਚੁੱਲੇ ਅੱਜ ਤੇ ਸਾਡੀ ਉਹ ਹਾਲਤ ਹੈ ਅਸੀਂ ਇੱਕ ਇੱਕ ਬੰਦੇ ਦੇ ਨਾਂ ਦੇ ਉੱਤੇ ਪਾਰਟੀ ਹੈ ਅੱਜ ਕੋਈ ਅਕਾਲੀ ਦਾਲੀ ਕੋਈ ਅੱਜ ਸਿੱਖ ਜਥੇਬੰਦੀ ਨਹੀਂ ਸਭ ਵੱਖਰੀਆਂ ਵੱਖਰੀਆਂ ਨੇ ਉਹਦੇ ਵਿੱਚ ਮੈਂ ਵੀ ਸ਼ਾਮਲ ਹੈ ਸਾਰੇ ਸ਼ਾਮਲ ਹੈ ਅੱਜ ਕੋਈ ਵੀ ਸਿੱਖ ਜਿਹੜਾ ਹੈ ਉਹ ਕੌਮ ਦੇ ਪ੍ਰਤੀ ਵਫਾਦਾਰ ਜਿਹੜਾ ਮੈਂ ਇਹ ਗੱਲ ਕਹਿਣ ਤੋਂ ਗਰਿਜ਼ ਨਹੀਂ ਕਰਾਂਗਾ ਕਿ ਕਰੋ ਪ੍ਰਤੀ ਵਫਾਦਾਰ ਨਹੀਂ ਉਹ ਕੇਵਲ ਨਿੱਜ ਸਵਾਰਥ ਵਾਸਤੇ ਜਿਸ ਕਰਕੇ ਸਾਡੀ ਇਹ ਹਾਲਤ ਹੋ ਰਹੀ ਹੈ ਸਾਡੇ ਨੌਜਵਾਨਾਂ ਨੂੰ ਤਾਂ ਹੀ ਤਾਂ ਜਿਹੜਾ ਭਾਈ ਜਗਤਾਰ ਸਿੰਘ ਵਗਾਰ ਗਿਆ ਨਹੀਂ ਉਹ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਹੈ ਤਿਹਾਰ ਜੇਲ੍ਹ ਵਰਗੀਆਂ ਬੰਦ ਕੀਤਾ ਜਾ ਰਿਹਾ ਉਹਨਾਂ ਦੀ ਕੋਈ ਛੁੱਟੀ ਨਹੀਂ ਉਹਨਾਂ ਦੀ ਕੋਈ ਰਿਹਾਈ ਨਹੀਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਵੀ ਸ਼ਿਫਟ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਭਾਈ ਗੁਰਨੇਸ਼ ਸਿੰਘ ਭਾਪਾ ਉਹ ਰਾਜਸਥਾਨ ਦੀ ਜੇਲ੍ਹ ਵਿੱਚ ਬੈਠਾ ਹੈ ਇਸੇ ਤਰ੍ਹਾਂ ਹੋਰ ਵੀ ਬੰਦੀ ਵੱਖ-ਵੱਖ ਜੇਲ੍ਹਾਂ ਵਿੱਚ ਬੈਠੇ ਨੇ ਉਹ ਰੋ ਰੋ ਨੇ ਆਪਣੀ ਕਿਸਮਤ ਨੂੰ ਬੇਸ਼ੱਕ ਕੌਮ ਦੇ ਵਾਸਤੇ ਉਹਨੇ ਲੜਾਈ ਲੜੀਆ ਉਹ ਬੇਫਿਕਰ ਨੇ ਉਹ ਕਹਿੰਦੇ ਨੇ ਪਰ ਕੌਮ ਨੇ ਉਹਨਾਂ ਵਾਸਤੇ ਕੀ ਕੀਤਾ ਇਹ ਸਾਡੇ ਵਾਸਤੇ ਇੱਕ ਵਿਚਾਰ ਨਾਲੀਆ ਗੱਲ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਹੁਣ ਸਿੱਖ ਕੌਮ ਅਵੇਅਰ ਹੋ ਚੁੱਕੀ ਆ ਆਪਾਂ ਸਿੱਖ ਕੌਮ ਦੀ ਗੱਲ ਕਰਦੇ ਸੰਗਤਾਂ ਦੀ ਗੱਲ ਕਰਦੇ ਜਿੱਥੇ ਆਪਾਂ ਬਰਗਾੜੀ ਮੋਰਚੇ ਨੂੰ ਲੈ ਕੇ ਚੱਲੇ ਸੀ ਉੱਥੇ ਵੀ ਪੰਜ ਸਰਬੱਤ ਖਾਲਸੇ ਵਿੱਚ ਜੋ ਜਥੇਦਾਰ ਥਾਪੇ ਗਏ ਉਹਨਾਂ ਨੇ ਵੀ ਸਾਡੀ ਕੌਮ ਦਾ ਬੇੜਾ ਗਰਕ ਕਰ ਦਿੱਤਾ ਜਿੱਥੇ ਅੱਜ ਆਪਾਂ ਇੱਕ ਗੱਲ ਕਰ ਸਕਦੇ ਕਿ ਅਗਰ ਉਹ ਬਰਗਾੜੀ ਮੋਰਚਾ ਹੁਣ ਤੱਕ ਚੱਲਦਾ ਰਹਿੰਦਾ ਤਾਂ ਸ਼ਾਇਦ ਕਿਤੇ ਨਾ ਕਿਤੇ ਸਾਡੀ ਵੱਡੀ ਪ੍ਰਾਪਤੀ ਹੋ ਸਕਦੀ ਸੀ ਤੁਹਾਡਾ ਕੀ ਕਹਿਣਾ ਸੀ ਬੀਬਾ ਜੀ ਤੁਸੀਂ ਬਿਲਕੁਲ ਗੱਲ ਵਧੀਆ ਕੀਤੀ ਹੈ ਜੇ ਕਿਤੇ ਤੁਸੀਂ ਅੱਜ ਤੱਕ ਤਾਂ ਇਹ ਮੋਰਚਾ ਚੱਲਣਾ ਹੀ ਨਹੀਂ ਸੀ ਜਿਹੜੀਆਂ ਸਾਡੀਆਂ ਮੰਗਾਂ ਨੂੰ ਲੈ ਕੇ ਪਹਿਲੀ ਜੂਨ 2018 ਨੂੰ ਬਰਗਾੜੀ ਵਿਖੇ ਮੋਰਚਾ ਲੱਗਾ ਉਹ ਮੋਰਚਾ ਦੇਣ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਉਹ ਬਹੁਤ ਵੱਡੀਆਂ ਮੱਜਲਾਂ ਤੈਅ ਕਰਕੇ ਲੋਕ ਪੰਜਾਬ ਹੀ ਨਹੀਂ ਭਾਰਤੀ ਹੀ ਨਹੀਂ ਪੂਰੇ ਸੰਸਾਰ ਦੇ ਸਿੱਖਾਂ ਨੂੰ ਹੀ ਨਹੀਂ ਬਾਕੀ ਵੀ ਕਟਗਿੰਤਿਆਂ ਨੂੰ ਇਥੋਂ ਤੱਕ ਕਿ ਜਿਹੜੇ ਹਿੰਦੂ ਵੀਰ ਜਿਹੜੇ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ ਉਹਨਾਂ ਲੋਕਾਂ ਨੇ ਵੀ ਉਸ ਮੋਰਚੇ 'ਚ ਸਮੂਲੀਅਤ ਕੀਤੀ ਔਰ ਮੋਰਚੇ ਨੂੰ ਇੱਕ ਹਰਾਰਾ ਦਿੱਤਾ ਉਸ ਮੋਰਚੇ ਤੋਂ ਕਬਰਾ ਕੇ ਜਿਹੜਾ ਸੀ ਕੇਂਦਰ ਸਰਕਾਰ ਵੀ ਅਤੇ ਪੰਜਾਬ ਸਰਕਾਰ ਵੀ ਉਹਦੇ ਵਿੱਚ ਉਹਨਾਂ ਨੇ ਮੋਰਚੇ ਦੇ ਜਿਹੜੇ ਸੰਚਾਲਕ ਸੀ ਉਹਨਾਂ ਤੱਕ ਪਹੁੰਚ ਕੀਤੀ ਪਰ ਅਫਸੋਸ ਕਿ ਉਹ ਮੋਰਚਾ ਬਿਨਾ ਕਿਸੇ ਪ੍ਰਾਪਤੀ ਤੋਂ ਜਿਹੜਾ ਸੀ ਉਹ ਖਤਮ ਕਰ ਦਿੱਤਾ ਔਰ ਉੱਥੇ ਬੜੀਆਂ ਗੱਲਾਂ ਕੀਤੀਆਂ ਗਈਆਂ ਅੱਜ ਉਸ ਮੋਰਚੇ ਦੇ ਸੰਚਾਲਕ ਜਿਸ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਉਹ ਕਹਿੰਦੇ ਨੇ ਕਿ ਮੋਰਚਾ ਅਸੀਂ ਹੁਣ ਇਹਦੀ ਇਹਨੂੰ ਦੂਸਰਾ ਜਿਹੜਾ ਉਹ ਰੂਪ ਦਵਾਂਗੇ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਬੰਦੇ ਵੀ ਖੜੇ ਕੀਤੇ ਪਰ ਉਹ ਉਹਨਾਂ ਵਿੱਚੋਂ ਕੁਝ ਬੰਦੇ ਤਾਂ ਹਰਨ ਹੋ ਗਏ ਜਿਹੜੇ ਉਹਨਾਂ ਕੈਂਡੀਡੇਟ ਖੜੇ ਕੀਤੇ ਸੀ ਪਰ ਕੁਝ ਕੁਛ ਨਹੀਂ ਹੋਇਆ ਨਿਕਲਿਆ ਤੇ ਉੱਚ ਭਾਈ ਬਲਜੀਤ ਸਿੰਘ ਦਾਦੂਵਾਲ ਉਹ ਕਹਿੰਦੇ ਨੇ ਕਿ ਭਾਈ ਧਿਆਨ ਸਿੰਘ ਮੰਡ ਨੇ ਜੋ ਇਹ ਮੋਰਚਾ ਚੁੱਕਿਆ ਬਿਨਾਂ ਪ੍ਰਾਪਤੀ ਤੋਂ ਇਹ ਉਹਦੀ ਗਲਤੀ ਹੈ ਉਹ ਕਹਿੰਦਾ ਮੈਂ ਸਲਾਹ ਨਾ ਚੁੱਕਿਆ ਉਹ ਕਹਿੰਦਾ ਇਹਦੀ ਗਲਤੀ ਹੈ ਹੁਣ ਪਤਾ ਨਹੀਂ ਇੱਥੇ ਕਿ ਭਾਈ ਧਿਆਨ ਸਿੰਘ ਮੰਨ ਸੱਚ ਬੋਲਦਾ ਹੈ ਕਿ ਜਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਉਹ ਸੱਚ ਬੋਲਦਾ ਹੈ ਪਰ ਅਫਸੋਸ ਕਿ ਜਿਹੜਾ ਇਹ ਮੋਰਚਾ ਚੱਲ ਰਿਹਾ ਸੀ ਬਿਨਾਂ ਪ੍ਰਾਪਤੀ ਤੋਂ ਇਹ ਮੋਰਚਾ ਜੋ ਚੁੱਕਿਆ ਹੈ ਇਸ ਸਿੱਖ ਕੌਮ ਦੇ ਨਾਲ ਇੱਕ ਵਿਸ਼ਵਾਸ ਘਾਟ ਕੀਤਾ ਗਿਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਕੌਮ ਦੀ ਗੱਲ ਕਰਦਾ ਹੈ ਭਾਵੇਂ ਉਹ ਕਿੰਨਾ ਵੀ ਦੁੱਧ ਤੋਤਾ ਹੋਏਗਾ ਉਹ ਕਿੰਨਾ ਵੀ ਸਾਫ਼ ਸੁਥਰਾ ਆਵੇਗਾ ਕਿੰਨਾ ਵੀ ਸੱਚਾ ਹੋਵੇਗਾ ਉਹਦੇ ਮਨ ਦੇ ਵਿੱਚ ਕੌਮ ਦੇ ਪ੍ਰਤੀ ਜਿੰਨਾ ਮਰਜ਼ੀ ਹੰਦਰਦੀ ਹੋਵੇ ਪਰ ਕੌਮ ਜੜੀ ਆ ਉਹ ਫੂਕ ਫੂਕੇ ਪੈਰ ਰੱਖੇਗੀ ਉਹ ਸੋਚੇਗੀ ਕਿ ਜਿਸ ਤਰ੍ਹਾਂ 10 ਨਵੰਬਰ 2015 ਦੇ ਵਿੱਚ ਜੋ ਉਸ ਟਾਈਮ ਤੇ ਤੇ ਜਥੇਦਾਰ ਥਾਪੇ ਗਏ ਆ ਇਕੱਠ ਹੋਇਆ ਸੀ ਉਸ ਇਕੱਠ ਚੋਂ ਕੌਮ ਨੂੰ ਕੋਈ ਪ੍ਰਾਪਤੀ ਨਾ ਹੋਈ ਜਿਸ ਤਰ੍ਹਾਂ ਬਰਗਾੜੀ ਮੋਰਚਾ 1 ਜੂਨ 2018 ਨੂੰ ਲੱਗਾ ਉਥੇ ਇੰਨੀ ਵੱਡੀ ਤعداد ਦੇ ਵਿੱਚ ਲੋਕਾਂ ਨੇ ਉਥੇ ਸਮੂਲਿਤ ਕੀਤੀ ਔਰ ਇਹਨਾਂ ਉਹਨੂੰ ਹੰਗਾਰਾ ਦਿੱਤਾ ਉਥੋਂ ਸਾਨੂੰ ਪ੍ਰਾਪਤੀ ਕੋਈ ਨਹੀਂ ਹੋਈ ਤੇ ਜੇ ਹੁਣ ਕੋਈ ਮੋਰਚਾ ਲਾਉਂਦਾ ਹੈ ਜਾਂ ਕੋਈ ਕੌਮ ਦੀ ਗੱਲ ਕਰਦਾ ਹੈ ਤੇ ਕੀ ਪਤਾ ਹੈ ਕਿ ਇਹ ਬੰਦਾ ਵੀ ਸਾਨੂੰ ਇਸ ਤਰ੍ਹਾਂ ਹੀ ਧੋਖਾ ਨਾ ਦੇਵੇ ਸੋ ਇਹ ਇੱਕ ਵਿਸ਼ਵਾਸ ਘਾਤ ਹੋਇਆ ਕੌਮ ਦੇ ਨਾਲ ਔਰ ਮੈਂ ਇਹ ਗੱਲ ਕਹਿੰਦੋਂ ਗਰੇਜ਼ ਨਹੀਂ ਕਰਾਂਗਾ ਬੇਸ਼ੱਕ ਕਿ ਮੇਰੀ ਵੀਡੀਓ ਜਿਹੜਾ ਚੱਲਣ ਤੋਂ ਬਾਅਦ ਇਹ ਮੇਰੀ ਗੱਲ ਭਾਈ ਧਿਆਨ ਸਿੰਘ ਮੰਡ ਤੱਕ ਜਾਣ ਤੇ ਦਾ ਦਾਦੂਵਾਲ ਤੱਕ ਜਾਣ ਤੇ ਉਹਨਾਂ ਨੂੰ ਇਸ ਚੀਜ਼ ਦਾ ਗੁੱਸਾ ਵੀ ਲੱਗੇ ਲੱਗਦਾ ਤੇ ਲੱਗੇ ਲੇਕਿਨ ਕੌਮ ਦੇ ਪ੍ਰਤੀ ਅੱਜ ਕੋਈ ਵੀ ਵਫਾਦਾਰ ਨਹੀਂ ਹੈਗਾ ਨਿੱਜ ਸਵਾਰਥ ਅੱਜ ਸਾਡੇ ਤੇ ਭਾਰੂ ਆ ਅਸੀਂ ਨਿੱਜ ਸਵਾਰਥ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸ ਤਰ੍ਹਾਂ ਮਲਕੇ ਜਿਹੜਾ ਉਹ ਚੱਲਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇੱਕ ਗੱਲ ਜ਼ਰੂਰ ਹੈ ਅਕਾਲ ਪੁਰਖ ਤੇ ਗੁਰੂ ਤੇ ਭਰੋਸਾ ਹੈ ਕਿ ਇਹ ਖਾਲਸਾ ਕੌਮ ਦੀ ਸਿਰਜਣਾ ਜਿੰਨੇ ਕੀਤੀ ਆ ਉਹ ਸਾਡੀ ਬੋੜੀ ਜਰੂਰ ਕਰੇਗਾ ਇੱਕ ਸਵਾਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਨੀ ਫਿਰ ਅਸੀਂ ਸਮਾਪਤੀ ਦੇ ਨੇੜੇ ਆਵਾਂਗੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਤੁਸੀਂ ਬਲਜੀਤ ਸਿੰਘ ਦਾਦੂਵਾਲ ਹੋਗੇ ਧਿਆਨ ਸਿੰਘ ਮੰਡਵ ਹੋਗੇ ਸਾਰੇ ਕੀ ਹਾਲਾਂਕਿ ਨਾਰੇ ਵੀ ਲਾਉਂਦੇ ਕਿ ਅਸੀਂ ਖਾਲਿਸਤਾਨ ਹੈ ਜਿੰਦਾਬਾਦ ਐਦਾ ਕੁਝ ਵੀ ਬੋਲਿਆ ਜਾਂਦਾ ਉੱਥੇ ਔਰ ਇੰਨੀ ਗੱਲ ਵੀ ਆ ਜਿੱਥੇ ਆਪਾਂ ਤਿੰਨ ਸਿੰਘਾਂ ਦੀ ਗੱਲ ਕਰਦੇ ਸੀਗੇ ਕਿ ਉਹਨਾਂ ਨੂੰ ਲਿਟਰੇਚਰ ਰੱਖਣ ਦੇ ਨਾਲ ਹੀ ਜੇਲ੍ਹਾਂ ਵਿੱਚ ਬੰਦ ਕਰਕੇ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਕਿ ਜਿੱਥੇ ਦਲ ਖਾਲਸਾ ਵੱਲੋਂ ਦਰਬਾਰ ਖਾਲਸਾ ਵੱਲੋਂ ਰੋਜ਼ ਮਾਰਚ ਕੱਢੇ ਕੀ ਸੀ ਜਿੱਥੇ ਉਹ ਉਹੀ ਬੁੱਕਸ ਹੱਥਾਂ ਵਿੱਚ ਫੜ ਕੇ ਗਾਇਰੇ ਸੀ ਕਿ ਅਸੀਂ ਖਾਲਿਸਤਾਨੀ ਹੈਗੇ ਆ ਸਾਨੂੰ ਗ੍ਰਿਫਤਾਰ ਕਰੋ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਤੇ ਆਮ ਸਿੱਖਾਂ ਨੂੰ ਚੁੱਕਿਆ ਜਾਂਦਾ ਇਹਦੇ ਵਿੱਚ ਸਭ ਤੋਂ ਵੱਡੀ ਤਰਾਜ ਦੀ ਕਿਉਂ ਆਈ ਹੈ ਜੀ ਬੇਬਾ ਜੀ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਹੁਣ ਜਿੰਨੇ ਲੋਕ ਨੇ ਜਿਸ ਤਰ੍ਹਾਂ ਮੈਂ ਵੀ ਉੱਥੇ 16 ਮਈ ਨੂੰ ਜਦੋਂ ਬਠਿੰਡੇ ਬੋਲ ਰਹੇ ਸਾਂ ਤੇ ਮੈਂ ਉੱਥੇ ਇਹ ਗੱਲ ਕਹੀ ਹੈ ਵੀ ਕੱਲ੍ਹ ਲਖੇਸਰਾਂ ਨੇ ਤੇ ਪਰਚਾ ਕਿਉਂ ਕੀਤਾ ਮੈਂ ਵੀ ਉਸ ਵਿੱਚ ਸ਼ਾਮਲ ਸਾਂ ਬਾਕੀ ਹੋਰ ਲੋਕ ਵੀ ਸਨ ਸਾਰਿਆਂ ਨੇ ਤੇ ਕਿਉਂ ਨਹੀਂ ਕੀਤਾ ਇਹ ਸਰਕਾਰਾਂ ਦੀਆਂ ਇੱਕ ਪਾਲਿਸੀਆਂ ਹੁੰਦੀਆਂ ਕਿ ਪਾਰੋ ਤੇ ਰਾਜਕਰ ਇੱਕ ਬੰਦੇ ਤੇ ਪਰਚਾ ਕਰਤਾ ਬਾਕੀਆਂ ਦੀ ਕਿਉਂ ਨਹੀਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਜਿਸ ਤਰ੍ਹਾਂ ਕਿ ਕਾਨੂੰਨ ਦੇ ਮੁਤਾਬਕ ਕੋਈ ਵੀ ਆ ਦੇਵੀ ਹਰ ਇੱਕ ਨੂੰ ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਲੋਕਤੰਤਰ ਤਰੀਕੇ ਦੇ ਨਾਲ ਬਿਨਾ ਕਿਸੇ ਨੂੰ ਦੁੱਖ ਪਹੰਚਾਏ ਮਤਲਬ ਕਿ ਕਾਨੂੰਨ ਨੂੰ ਹੱਥ ਚ ਲੈ ਉਹ ਜਿਹੜਾ ਹੈ ਉਹਦੇ ਬੋਲਣ ਦੇ ਨਾਲ ਕੋਈ ਆਮ ਲੜਾਈ ਝਗੜਾ ਜਾਂ ਕੋਈ ਇਸ ਤਰ੍ਹਾਂ ਦਾ ਉਹ ਹੱਥੀ ਕੋਈ ਆਪਣੇ ਕੋਈ ਕਿਸੇ ਦੇ ਉੱਤੇ ਕੋਈ ਹਮਲਾ ਨਾ ਕਰੇ ਇਸ ਤਰ੍ਹਾਂ ਦੇ ਕੋਈ ਕੰਮ ਕਰਦਾ ਹੈ ਕੋਈ ਗੱਲ ਕਰਦਾ ਆਪਣੀ ਜ਼ਬਾਨ ਦੇ ਨਾਲ ਨਾਰਾ ਲਾਉਂਦਾ ਤੇ ਉਹਨੂੰ ਹੱਕ ਹੈ ਜੀ ਉਹਲਾ ਸਕਦਾ ਹੁਣ ਤੁਸੀਂ ਇਹ ਦੱਸੋ ਵੀ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਦੇ ਤੇ ਪਰਚੇ ਹੁੰਦੇ ਆ ਤੇ ਜਿਹੜੇ ਕਹਿੰਦੇ ਐਕਸੀਅਨ ਨੂੰ ਭਾਰਤ ਨੂੰ Hindu ਰਾਸ਼ਟਰ ਬਣਾਉਣਾ ਹੈ ਉਹਨਾਂ ਤੇ ਪਰਚਾ ਕਿਉਂ ਨਹੀਂ ਜੀ ਜਦੋਂ ਕਿ Hindu ਜਿਹੜਾ ਇੱਕ ਬਹੁਗੰਤੀ ਦੇਸ਼ ਹੈ ਹੁਣ ਇਹਦੇ ਵਿੱਚ ਆ ਤੁਹਾਡੇ ਸਾਹਮਣੇ ਆ ਹੁਣ ਕਈ ਦਿਨਾਂ ਤੋਂ ਗੱਲ ਚੱਲ ਰਹੀ ਹੈ ਤੇ ਗਿਆ ਠਾਕਰ ਨੇ ਇੱਕ ਇਹ ਵੀ ਗੱਲ ਕਹੀ ਹੈ ਕਿ ਨਥੂਰਾਮ ਗੌੜ ਸੇ ਦੇਸ਼ ਦਾ ਸ਼ਹੀਦ ਹੈ ਹੁਣ ਇੱਥੇ ਇੱਕ ਸਵਾਲ ਬੜਾ ਵੱਡਾ ਪੈਦਾ ਹੁੰਦਾ ਹੈ ਕਿ ਨਥੂਰਾਮ ਗੌੜ ਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕੀਤਾ ਭਾਰਤ ਦੇ ਜਿਹੜਾ ਲੋਕ ਨੇ ਮਹਾਤਮਾ ਗਾਂਧੀ ਨੂੰ ਜਿਹੜਾ ਉਹ ਭਾਰਤੀ ਲੋਕ ਜਿਹੜੇ ਇਸ ਨਿਜਾਮ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਜਿਹੜਾ ਹੈ ਇਹ ਰਾਸ਼ਟਰ ਪਿਤਾ ਹੈ ਹੁਣ ਇੱਕ ਸਵਾਲ ਪੈਦਾ ਹੋ ਗਿਆ ਕਿ ਨਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਤੇ ਪ੍ਰਿਗਿਆ ਠਾਕਰ ਕਹਿੰਦੀ ਹੈ ਕਿ ਉਹ ਦੇਸ਼ ਭਗਤ ਉਹ ਸ਼ਹੀਦ ਹੈ ਜੇ ਉਹ ਸ਼ਹੀਦ ਹੈ ਨਥੂਰਾਮ ਗੋਡਸੇ ਤੇ ਇਹਦਾ ਮਤਲਬ ਹੈ ਕਿ ਮਹਾਤਮਾ ਗਾਂਧੀ ਫਿਰ ਦੇਸ਼ ਦਾ ਗਦਾਰ ਹੈ ਜੀ ਇਹਦੇ ਤੇ ਬਾਕੀ ਪਾਰਟੀਆਂ ਕਿਉਂ ਚੁੱਪ ਨੇ ਇੱਥੇ ਕਾਂਗਰਸ ਕਿਉਂ ਚੁੱਪ ਹੈ ਇੱਥੇ ਭਾਜਪਾ ਕਿਉਂ ਚੁੱਪ ਹੈ ਪ੍ਰਗਿਆ ਠਾਕਰ ਤੇ ਪਰਚਾ ਕਿਉਂ ਨਹੀਂ ਜੇ ਕੋਈ ਸਿੱਖੇ ਗੱਲ ਕਹਿ ਦਵੇ ਤੇ ਉਤੇ ਪਰਚਾ ਆ ਬੈਂਤਾ ਜਿਹੜਾ ਉਹਦੇ ਮੂੰਹ ਦੇ ਉਤੇ ਇੱਕ ਕਾਲਖ ਮਲੀ ਗਈ ਉਹਦੇ ਗੱਲ 'ਚ ਛੇਤਰਾਂ ਦਾ ਹਾਰ ਪਾਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਤੇ ਹੋਰ ਕੋਈ ਬੰਦੇ ਆ ਉਹਦੇ ਗੱਲ 'ਚ ਪਾਤਾ ਛੇਤਰਾਂ ਦਾ ਹਾਰ ਉਹਦੇ ਬੁੱਤ 'ਚ ਉਹਦੇ ਬੁੱਤ ਤੇ ਗੱਲ 'ਚ ਛੇਤਰਾਂ ਦਾ ਹਾਰ ਪਾਇਆ ਤੇ ਉਹਨਾਂ ਦੇ ਉੱਤੇ ਦੇਸ਼ทรੋਹੀ ਦੇ ਪਰਚੇ ਦਰਜ ਹੋ ਗਏ ਜਿਨ੍ਹਾਂ ਨੇ ਅੱਜ ਨਥੂਰਾਮ ਗੋੜਸੇ ਨੂੰ ਸ਼ਹੀਦ ਕੀਤਾ ਤੇ ਮਹਾਤਮਾ ગાંધી ਆਟੋਮੈਟਿਕ ਦੇਸ਼ ਦਾ ਗद्दार ਹੋ ਗਿਆ ਉਹ ਤੇ ਪਰਚਾ ਕਿਉਂ ਨਹੀਂਗਾ ਆ ਪ੍ਰਗਿਆ ਠਾਕਰ ਤੇ ਇਥੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਸਾਨੂੰ ਘਟ ਗਿਣਤੀਆਂ ਨੂੰ ਵਾਸਤੇ ਇਥੇ ਕਾਨੂੰਨ ਕੀ ਹੈ ਤੇ ਦੂਸਰਿਆਂ ਵਾਸਤੇ ਬਹੁ ਗਿਣਤੀ ਵਾਸਤੇ ਕਾਨੂੰਨ ਕੀ ਹੈ ਸੋ ਇਹੀ ਗੱਲ ਤਾਂ ਇੱਕ ਜਿਹੜਾ ਉਹ ਸਾਡਾ ਰੋਣਾ ਹੈ ਇਸੇ ਗੱਲ ਦਾ ਇੱਕ ਸਵਾਲ ਹੈ ਸੰਤ ਜਰਨੈਲ ਸਿੰਘ ਨੇ ਵੀ ਇਹੋ ਗੱਲ ਕਹੀ ਸੀ ਕਿ ਇੱਥੇ ਘੱਟ ਗਿਣਤੀਆਂ ਵਾਸਤੇ ਕਾਨੂੰਨ ਵੱਖਰਾ ਹੈ ਤੇ ਉਹਨਾਂ ਨੂੰ ਟੈਂਕਾਂ ਤੇ ਥੋਪਾਂ ਨਾਲ ਜਿਸ ਜਗ੍ਹਾ ਤੇ ਰਹਿਦਾ ਸੀ ਉਸ ਜਗ੍ਹਾ ਨੂੰ ਉਡਾਇਆ ਗਿਆ ਉਹਨਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ 38 ਗੁਰਦੁਆਰਿਆਂ ਤੇ ਦਿੱਤੇ ਹਮਲਾ ਕੀਤਾ ਗਿਆ ਚੁਣ-ਚੁਣ ਕੇ ਉਸ ਤੋਂ ਬਾਅਦ ਕਿਸ ਤਰ੍ਹਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਰਾਹੀ ਕਿਵੇਂ ਨਸ਼ਿਆਂ ਦੇ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੀ ਆ ਜਿਨ੍ਹਾਂ ਮਾਪਿਆਂ ਦੀ ਡੈਡ ਮਤਲਬ ਕਿ ਸਰੀਰ ਜਿਹੜੇ ਸੀ ਉਹਨਾਂ ਨੇ ਆਪਣੇ ਮੋਢਾ ਤੇ ਲੈ ਕੇ ਜਾਣੇ ਸੀ ਅੱਜ ਉਹ ਬਾਪ ਆਪਣੇ ਪੁੱਤਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਉਹਨਾਂ ਸਰੀਰਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਉਹ ਸਿਵਿਆਂ ਦੇ ਵਿੱਚ ਚਲ ਜਾ ਕੇ ਸੰਸਕਾਰ ਕਰ ਰਹੇ ਨੇ ਇਹ ਕਿਹਦੀ ਦੇਣ ਹੈ ਇਹ ਬਾਦਲ ਵਰਗਿਆਂ ਦੀ ਇਹ ਕਾਂਗਰਸ ਪਾਰਟੀ ਦੀ ਇਹ ਭਾਜਪਾ ਦੀ ਇਹ ਮੋਦੀ ਵਰਗਿਆਂ ਦੀ ਇਹ ਪ੍ਰਕਾਸ਼ ਚੋਂ ਬਾਦਲ ਵਰਗਿਆਂ ਦੀ ਇਹ ਕੁਝ ਸੋਚ ਹੈ ਉਹਨਾਂ ਸਾਰਿਆਂ ਦੀ ਜਿਹੜੇ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਵੀ ਇਹੀ ਦੌਰ ਦੁਆਰਾ ਸ਼ੁਰੂਆਤ ਕਰ ਰਹੇ ਨੇ ਕਿਉਂਕਿ ਦੇਖੋ ਜਿੱਥੇ ਤਿੰਨ ਸਿੰਘਾਂ ਨੂੰ ਚੁੱਕਣ ਦੀ ਗੱਲ ਕੀਤੀ ਸੀ ਉਮਰ ਕੈਦ ਦੀ ਸਜ਼ਾ ਦੇਣ ਤੋਂ ਪਹਿਲਾਂ ਵੀ ਉਹਨਾਂ ਨੂੰ ਰਿਮਾਂਡ ਤੇ ਰੱਖਿਆ ਸੀ ਉਹ ਮੈਨੂੰ ਜਿੱਥੋਂ ਤੱਕ ਮੇਰਾ ਮੰਨਣਾ ਕਿ ਬਾਬਾ ਜੀ ਮੈਨੂੰ ਲੱਗ ਰਿਹਾ ਕਿ ਸਿੱਖ ਨੌਜਵਾਨ ਪੀੜੀ ਦਾ ਹੀ ਕਾਣ ਕਰਨ ਵਾਸਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਤਾਂ ਕਿ ਕੋਈ ਹੋਰ ਸਿੰਘ ਖੜਾ ਨਾ ਹੋ ਸਕੇ ਕਿਉਂਕਿ ਸਿੱਖ ਸਰਾਹਿਤ ਲਿਟਰੇਚਰ ਰੱਖਣ ਦੇ ਨਾਲ ਇੱਕ ਕਿਥੋਂ ਦਾ ਕਾਨੂੰਨ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿੱਥੇ ਆਪਾਂ ਖਾਲਿਸਤਾਨੀ ਦੀ ਮੰਗ ਕਰ ਰਹੇ ਹਾਂ ਕਿ ਹੋਰ ਕਹਿੰਦੇ ਅਸੀਂ ਖਾਲਿਸਤਾਨੀ ਸਾਡੇ ਤੇ ਪਰਚੇ ਕਿਉਂ ਨਹੀਂ ਕੀਤੇ ਜਾਂਦੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਿੱਖ ਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਇਸੇ ਕਰਕੇ ਪਰਚੇ ਕੀਤੇ ਜਾਂਦੇ ਨੇ ਤਾਂ ਕਿ ਹੋਰ ਸਿੱਖ ਨੌਜਵਾਨ ਖੜੇ ਨਾ ਹੋ ਸਕਣ ਬਿਲਕੁਲ ਠੀਕ ਜੀ ਬੀਬਾ ਜੀ ਜਿੱਥੇ ਸਾਡੇ ਤਿੰਨ ਨੌਜਵਾਨਾਂ ਨੂੰ ਲਿਟਰੇਚਰ ਰੱਖਣ ਦੇ ਦੋਸ਼ ਵਿੱਚ ਉਹਨਾਂ ਨੂੰ ਉਮਰਕਹਿਤ ਸਜ਼ਾ ਦਿੱਤੀ ਗਈ ਆ ਜੀ ਮੈਂ ਇਹਨਾਂ ਲੋਕਾਂ ਤੋਂ ਇਹ ਪੁੱਛਣਾ ਚਾਹਣਾ ਔਰ ਤੁਹਾਨੂੰ ਦੱਸਣਾ ਚਾਹਣਾ ਕਿ ਕੋਈ ਵੀ ਆਦਮੀ ਗੁਰਬਾਣੀ ਦੇ ਗੁਟਕੇ ਤੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭੂਮਿਕਾ ਨਹੀਂ ਲਿਖ ਸਕਦਾ ਜੀ ਪਰ ਮੈਂ ਉਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਿੱਥੇ ਗੁਰਬਾਣੀ ਦੇ ਗੁਟਕਿਆਂ ਤੇ ਭੂਮਿਕਾ ਤੱਕ ਲਿਖੀ ਗਈ ਆ ਔਰ ਗੁਰਬਾਣੀ ਨੂੰ ਜਿਹੜਾ ਉਹ ਚੈਲੰਜ ਕੀਤਾ ਗਿਆ ਹੈ ਉਹ ਸਾਰੀਆਂ ਚੀਜ਼ਾਂ ਲੈਣੀਆਂ ਉਹਨਾਂ ਤੇ ਅੱਜ ਤੱਕ ਪਰਚਾ ਨਹੀਂ ਪਲੱਸ 2 ਦੀ ਕਤਾਰ ਦੇ ਸਬੰਧ ਵਿੱਚ ਮੈਂ ਸਾਰੇ ਤੱਤ ਸਾਹਮਣੇ ਲੈਂਦੇ ਨੇ ਅੱਜ ਤੱਕ ਉਹ ਕਿਤਾਬ ਲਿਖਣ ਵਾਲਿਆਂ ਤੇ ਪਬਲਿਸ਼ ਕਰਨ ਵਾਲਿਆਂ ਤੇ ਕੋਈ ਪਰਚਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਕਹਿ ਕੇ ਕਿਤਾਬਾਂ ਲਿਖੀਆਂ ਗਈਆਂ ਨੇ ਮੈਂ ਉਹ ਸਾਰੇ ਸਬੂਤ ਸਾਹਮਣੇ ਲੈਂਦਿਆ ਉਹਨਾਂ ਤੇ ਕੋਈ ਪਰਚਾ ਨਹੀਂ ਤੇ ਅੱਜ ਸਿੱਖ ਜਿਹੜਾ ਲਿਟਰੇਚਰ ਰੱਖਣ ਵਾਸਤੇ ਜੇ ਕੋਈ ਸਾਹਿਤ ਜੇ ਕੋਈ ਲਿਟਰੇਚਰ ਰੱਖਦਾ ਕੌਮ ਦੇ ਨਾਲ ਸਬੰਧਤ ਸਿੱਖ ਧਰਮ ਦੇ ਨਾਲ ਸੰਬੰਧਿਤ ਤੇ ਉਹਨਾਂ ਤੇ ਪਰਚੇ ਤੇ ਉਮਰ ਕੈਦੀਆਂ ਸਜਾਵਾਂ ਦਿੱਤੀਆਂ ਜਾਣ ਤੇ ਸਿੱਖ ਜਿਹੜੇ ਨੇ ਉਹ ਅੱਜ ਸਿੱਖਾਂ ਨੂੰ ਜਿਸ ਤਰ੍ਹਾਂ ਅੱਜ ਪ੍ਰਗਿਆ ਠਾਕੁਰ ਉਥੋਂ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੀ ਆ ਪਤਾ ਲੱਗਣਾ ਗਿਣਤੀ ਹੋਣ ਤੋਂ ਬਾਅਦ ਪਰ ਜੇ ਉਹਨੂੰ ਲੱਖਾਂ ਚ ਵੋਟਾਂ ਪੈਂਦੀਆਂ ਨੇ ਤੇ ਜਿਸ ਦਿਨ ਸਾਡੇ ਤਿੰਨਾਂ ਸਿੰਘਾਂ ਨੂੰ ਸਿੱਖ ਸਾਹਿਤ ਰੱਖਣ ਤੇ ਉਹਨਾਂ ਨੂੰ ਲਿਟਰੇਚਰ ਰੱਖਣ ਤੇ ਉਮਰ ਕੈਦੀ ਸਜ਼ਾ ਹੋਈ ਤੇ ਸਾਡੇ ਸਿੱਖਾਂ ਨੇ ਜੇਲਾਂ ਦਾ ਘਰਾਉ ਕਿਉਂ ਨਹੀਂ ਕੀਤਾ ਅਦਾਲਤਾਂ ਦਾ ਘਰਾਉ ਕਿਉਂ ਨਹੀਂ ਕੀਤਾ ਕਿ ਇਹ ਬਿਨਾਂ ਸਬੂਤ ਤੋਂ ਜਿਹੜਾ ਇਹਨੂੰ ਸਜ਼ਾ ਕਿਉਂ ਇਹਨਾਂ ਨੂੰ ਦਿੱਤੀ ਗਈ ਆ ਸੋ ਜਦੋਂ ਸਿੱਖ ਜਿਹੜੇ ਆ ਉਹ ਤੇ ਵੇਖਦੇ ਰਹਿੰਦੇ ਇੱਕ ਦੂਸਰੇ ਵੱਲ ਵੀ ਇਹ ਆ ਠੀਕ ਹੈ ਇੱਥੇ ਹੋ ਗਿਆ ਵੀ ਮੈਂ ਉਹ ਆਪਣੇ ਪੁੱਤ ਨੂੰ ਬਚਾਉਂਦਾ ਅੱਜ ਸਿੱਖ ਇਹ ਚਾਹੁੰਦਾ ਹੈ ਕਿ ਸਾਡੇ ਘਰ ਭਗਤ ਸਿੰਘ ਜੰਮੇ ਪਰ ਮੇਰੇ ਘਰ ਨਾ ਜੰਮੇ ਉਹ ਗਵਾਂਡੀ ਦੇ ਘਰ ਜੰਮਣਾ ਚਾਹੀਦਾ ਚਾਹੁੰਦੇ ਨੇ ਪਰ ਆਪਣੇ ਘਰ ਨਹੀਂ ਜੰਮਣਾ ਚਾਹੁੰਦੇ ਉਹ ਕਹਿੰਦੇ ਵੀ ਸਾਡੇ ਘਰ ਨਾ ਜੰਮੇ ਸੋ ਬਾਬਾ ਜੀ ਅਸੀਂ ਦੇਖਿਆ ਕਿ ਤੁਹਾਡੇ ਮਨ ਵਿੱਚ ਵਾਜੀ ਕੌਮ ਦੇ ਪ੍ਰਤੀ ਬਹੁਤ ਰੋਸ ਹੈ ਜਿਸ ਨੂੰ ਤੁਸੀਂ ਬਾਖੋਬੀ ਉਸ 16 ਮਈ ਦੇ ਧਰਨੇ ਵਿੱਚ ਵੀ ਦਿਖਾਇਆ ਸੀ ਅਸੀਂ ਦੇਖਿਆ ਸੀ ਕਿ ਉਦੋਂ ਵੀ ਤੁਸੀਂ ਇੱਕ ਬੈਨਰ ਲੈ ਕੇ ਕਾਫੀ ਰੋਸ ਕਰ ਰਹੇ ਹੋ ਪਰ ਜਿੱਥੇ ਆਪਾਂ ਗੱਲ ਕਰਦੇ ਕਿ ਅੱਜ ਸਾਡੀ ਕੌਮ ਦੇ ਲਈ ਵਾਕਿਆ ਕੋਈ ਲੀਡਰ ਖੜਾ ਨਹੀਂ ਹੋਇਆ ਇਸ ਰੋਸ ਨੂੰ ਲੈ ਕੇ ਅਸੀਂ ਗੱਲ ਕਰੀਏ ਕਿ ਸਾਡੇ ਦਰਸ਼ਕਾਂ ਨੂੰ ਵੀ ਕੋਈ ਜਾਂਦੇ ਜਾਂਦੇ ਮੈਸੇਜ ਦੇਣਾ ਚਾਹੁੰਦੇ ਹੋਵੋ ਤਾਂ ਜੀ ਵੀਰ ਜੀ ਮੈਂ ਤੁਹਾਡੇ ਚੈਨਲ ਰਹੀਂ ਜੀ ਸਮੂਹ ਸਿੱਖ ਕੌਮ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਅੱਜ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੜਿਆਂ ਤੋਂ ਉੱਪਰ ਉੱਠ ਕੇ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਨਿੱਜੀ ਮਫਾਦਿਆਂ ਨੂੰ ਛੱਡ ਕੇ ਕੌਮ ਦੇ ਪ੍ਰਤੀ ਜਿਹੜਾ ਉਹ ਸੁਚੇਤ ਹੋ ਕੇ ਕੌਮ ਦੇ ਦਰਦ ਨੂੰ ਲੈ ਕੇ ਪੰਥ ਦੇ ਦਰਦ ਨੂੰ ਲੈ ਕੇ ਜੋ ਕਿ ਸਿੱਖ ਧਰਮ ਸਾਂਝੀ ਵਾਲਤਾ ਦਾ ਧਰਮ ਹੈ ਇਸ ਸਾਂਝੀ ਵਾਲਤਾ ਦੇ ਮਰ ਕੇ ਧਰਮ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਅਸੀਂ ਸਾਰੇ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਜੇ ਕਿਤੇ ਅਸੀਂ ਕੋਈ ਕੰਮ ਜਿਹੜਾ ਉਹ ਕੰਮ ਜਬੀ ਹਾਸਲ ਕਰ ਸਕਦੇ ਆ ਜਿੰਨਾ ਚਿਰ ਅਸੀਂ ਇਕੱਠੇ ਨਾ ਹੋਈਏ ਤੇ ਜਿਹੜੇ ਜਿਹੜੇ ਵੀ ਸਰੋਤੇ ਮੇਰੇ ਵੀਰ ਇਸ ਮੇਰੀ ਬੇਨਤੀ ਨੂੰ ਸੁਣਦੇ ਨੇ ਉਹ ਕੌਮ ਨੂੰ ਪਰ ਕਿ ਜਿਹੜਾ ਇਕੱਠਾ ਕਰਕਾਰ ਜਿਹੜੀਆਂ ਜਿਹੜੀਆਂ ਵੱਖ-ਵੱਖ ਇਹ ਜਥੇਬੰਦੀਆਂ ਧੜੇ ਬਣੇ ਹੋਏ ਨੇ ਉਹਨਾਂ ਦੇ ਨਾਕਦ ਵਿੱਚ ਦਮ ਕਰ ਦੇਣ ਭਈ ਜੇ ਤੁਸੀਂ ਇਕੱਠੇ ਹੋ ਕੇ ਚੱਲੋਗੇ ਤੇ ਅਸੀਂ ਤੁਹਾਡੇ ਨਾਲ ਆ ਨਹੀਂ ਤੇ ਨਹੀਂ ਜੇਕਰ ਇਸ ਤਰ੍ਹਾਂ ਦਾ ਜਨਾਚਰ ਕੋਈ ਕੌਮ ਦੇ ਪ੍ਰਤੀ ਸਮੁੱਚੀ ਕੌਮ ਨੇ ਲੀਡਰਾਂ ਨੂੰ ਕਿ ਇਹੋ ਜਿਹਾ ਜਨਾਚਰ ਕੋਈ ਸਭਕ ਨਾ ਸਕਾਇਆ ਉਹ ਨਾਚਰ ਕੌਮ ਜੜੀ ਆ ਉਹ ਇਕੱਠੀ ਹੋਣੀ ਬੜੀ ਔਖੀ ਆ ਔਰ ਜਨਾਚਰ ਕੌਮ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਕੋਈ ਪ੍ਰਾਪਤੀ ਨਹੀਂ ਹੋ ਸਕਨੀ ਸੋ ਮੇਰੀ ਇਹੀ ਬੇਨਤੀ ਆ ਕਿ ਆਓ ਸਾਰੇ ਰਲ ਕੇ ਆਪਾਂ ਇਕੱਠੇ ਹੋਣ ਵਾਸਤੇ ਹਮਲਾ ਮਾਰੀਏ ਚਾਰਾ ਕਰੀਏ ਦਸ਼ਕੋ ਸੀ ਬਿਲਕੁਲ ਸਹਿਮਤ ਆ ਬਾਬਾ ਜੀ ਦੀ ਗੱਲ ਨਾਲ ਕਿਉਂਕਿ ਅੱਜ ਸਾਨੂੰ ਸੋਚਣਾ ਪੈਗਾ ਕਿ ਖੁਦ ਆਪਣੇ ਮੂੰਹ 'ਚੋਂ ਬੁਰਕੀ ਕੱਢ ਕੇ ਦੂਸਰੇ ਦੇ ਮੂੰਹ 'ਚ ਪਾਉਣੀ ਪੈਗੀ ਕਿਉਂਕਿ ਜਿੱਥੇ ਅਸੀਂ ਸੋਚਦੇ ਹਾਂ ਕਿ ਉਹ ਸਿੱਖ ਕੋਈ ਕੰਮ ਕਰੇਗਾ ਅੱਜ ਸਾਨੂੰ ਮਿਲ ਕੇ ਸਭ ਕੁਝ ਕਰਨਾ ਪੈਗਾ ਤਾਂ ਹੀ ਸਾਡੀ ਕੌਮ ਦਾ ਭਲਾ ਹੋ ਸਕਦਾ ਸੋ ਜੇ ਅਗਰ ਕਿਸੇ ਦੇ ਮਨ ਵਿੱਚ ਕੋਈ ਵੀ ਸਵਾਲ ਆਉਂਦਾ ਤਾਂ ਤੁਸੀਂ ਸਾਡੇ ਚੈਨਲ ਦੇ نیچے ਲਿਖੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ ਜੀ ਸੋ ਜਾਂਦੇ ਜਾਂਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਜੀ ਸਭ ਤੋਂ ਪਹਿਲਾਂ ਤੇ ਕਿ ਤੁਸੀਂ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਰਾਹੀਂ ਮੇਰੀ ਇਸ ਆਵਾਜ਼ ਨੂੰ ਅਧਨੇ ਜੈ ਸਿੱਖ ਦੀ ਆਵਾਜ਼ ਨੂੰ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਪਰਾਲਾ ਕੀਤਾ ਹੈ ਤੁਹਾਡੇ ਚੈਨਲ ਦਾ ਤੁਹਾਡੀ ਸਮੁੱਚੀ ਟੀਮ ਦਾ ਪ੍ਰਬੰਧਕਾਂ ਦਾ ਅਤੇ ਸਮੁਤਰ ਸ੍ਰਵਤਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ